ਅਸੀਂ ਪਹਿਲਾਂ ਹੀ ਦੋ ਸਿਤਾਰਿਆਂ ਨੂੰ ਖੋ ਚੁੱਕੇ ਹਾਂ ਅਤੇ ਨਾਲ ਹੀ ਬਾਲੀਵੁੱਡ ਤੋਂ ਆ ਰਹੀ ਹੈ ਬਹੁਤ ਬੁਰੀ ਖਬਰ। 34 ਸਾਲ ਦੇ ਸੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਐਤਵਾਰ ਨੂੰ ਆਪਣੀ ਆਤਮ ਹੱਤਿਆ ਕਰ ਲਈ। ਉਹ ਮੁੰਬਈ ਬਾਂਦਰਾ ਵਿੱਚ ਰਹਿੰਦੇ ਸਨ ਅਤੇ ਉਹਨਾਂ ਨੇ ਉੱਥੇ ਹੀ ਆਪਣੇ ਆਪ ਨੂੰ ਫਾਂਸੀ ਲਗਾ ਲਈ ਅਤੇ ਇਸ ਦੀ ਜਾਣਕਾਰੀ ਉਹਨਾਂ ਦੇ ਨੌਕਰ ਨੇ ਪੁਲਿਸ ਨੂੰ ਦਿੱਤੀ। ਪਰ ਹਜੇ ਆਤਮ ਹੱਤਿਆ ਦੀ ਕੋਈ ਖਾਸ ਵਜ੍ਹਾ ਸਾਹਮਣੇ ਨਹੀਂ ਆਈ ਹੈ, ਪਰ ਇਸਦਾ ਕਾਰਨ ਡਿਪਰੈਸ਼ਨ ਦੱਸਿਆ ਜਾ ਰਿਹਾ ਹੈ। 34 ਸਾਲ ਦੇ ਸੁਸ਼ਾਂਤ ਸਿੰਘ ਦੀ ਡੈਥ ਦੀ ਖਬਰ ਸੁਣ ਕੇ ਮਨੋਰੰਜਨ ਜਗਤ ਵਿੱਚ ਅਸ਼ੋਕ ਦੀ ਲਹਿਰ ਦੌੜ ਪਈ ਹੈ। ਅਤੇ ਦੋਸਤੋ, ਸੁਸ਼ਾਂਤ ਸਿੰਘ ਆਪਣੀ ਕਾਬਲੀਅਤ ਦੇ ਦਮ 'ਤੇ ਸਫਲਤਾ ਹਾਸਿਲ ਕਰਨ ਵਿੱਚ ਹੀ ਜਾਣੇ ਜਾਂਦੇ ਸਨ ਅਤੇ ਇਹ ਇਹੋ ਜਿਹੇ ਐਕਟਰ ਹਨ ਜਿਨ੍ਹਾਂ ਨੇ ਐਕਟਿੰਗ ਦੇ ਨਾਲ ਨਾਲ ਡਾਂਸ ਵਿੱਚ ਵੀ ਸਫਲਤਾ ਹਾਸਿਲ ਕੀਤੀ ਹੋਈ ਹੈ। 21 ਜਨਵਰੀ 1986 ਵਿੱਚ ਪਟਨਾ ਬਿਹਾਰ ਵਿੱਚ ਪੈਦਾ ਹੋਏ ਇਹ ਸੁਸ਼ਾਂਤ ਸਿੰਘ ਨੂੰ ਸ਼ੁਰੂ ਤੋਂ ਹੀ ਐਕਟਿੰਗ ਵਿੱਚ ਬਹੁਤ ਸ਼ੌਕ ਸੀ। ਜਲਦੀ ਹੀ ਉਹਨਾਂ ਦੀ ਮਾਂ ਦੀ ਡੈਥ ਤੋਂ ਬਾਅਦ ਇਹ ਰਸਤਾ ਉਹਨਾਂ ਲਈ ਹੋਰ ਵੀ ਕਠਿਨ ਹੋ ਗਿਆ। ਸ਼ੁਰੂਆਤੀ ਪੜ੍ਹਾਈ ਉਹਨਾਂ ਨੇ ਪਟਨਾ ਤੋਂ ਕਰਨ ਤੋਂ ਬਾਅਦ ਸਾਰੀ ਫੈਮਿਲੀ ਉਹਨਾਂ ਦੀ ਦਿੱਲੀ ਸ਼ਿਫਟ ਹੋ ਗਈ ਸੀ ਅਤੇ ਉੱਥੇ ਕੁਲਾਚੀ ਹੰਸਰਾਜ ਮਾਡਲ ਸਕੂਲ 'ਚੋਂ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਕਾਲਜ ਆਫ ਇੰਜੀਨੀਅਰਿੰਗ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਐਡਮਿਸ਼ਨ ਲੈ ਲਈ। ਸੁਸ਼ਾਂਤ ਦਾ ਐਕਟਿੰਗ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਪੂਰਾ ਮਨ ਲੱਗਦਾ ਸੀ ਅਤੇ ਉਹ ਫਿਜ਼ਿਕਸ ਵਿੱਚ ਨੈਸ਼ਨਲ ਓਲੰਪੀਆਡ ਵਿਨਰ ਵੀ ਸੀ। ਪੜ੍ਹਾਈ ਦੇ ਨਾਲ ਨਾਲ ਉਹਨਾਂ ਦਾ ਮਨ ਡਾਂਸ ਵਿੱਚ ਵੀ ਬਹੁਤ ਲੱਗਦਾ ਸੀ, ਪਰ ਇੱਥੇ ਭੇਜਣ ਲਈ ਉਹਨਾਂ ਦੇ ਘਰ ਵਾਲੇ ਰਾਜ਼ੀ ਨਹੀਂ ਸਨ ਅਤੇ ਉਹਨਾਂ ਨੇ ਆਪਣੇ ਘਰਦਿਆਂ ਦੇ ਵਿਰੁੱਧ ਜਾ ਕੇ ਡਾਂਸ ਕਲਾਸ ਨੂੰ ਜੁਆਇਨ ਕਰ ਲਿਆ ਅਤੇ ਉਹਨਾਂ ਦੀ ਡਾਂਸ ਪਰਫੋਰਮੈਂਸ ਦੇ ਕਾਰਨ ਉਹ ਇੱਕ ਫਿਲਮਫੇਅਰ ਅਵਾਰਡ ਦੇ ਬੈਕਗਰਾਊਂਡ ਡਾਂਸਰ ਦੇ ਤੌਰ 'ਤੇ ਨਜ਼ਰ ਆਏ ਅਤੇ ਨਾਲ ਹੀ ਉਹਨਾਂ ਨੇ 2006 ਕਾਮਨਵੈਲਥ ਗੇਮਸ ਵਿੱਚ ਵੀ ਪਰਫੋਰਮੈਂਸ ਕੀਤਾ। ਜਲਦ ਹੀ ਉਹਨਾਂ ਦੀ ਪਰਫੋਰਮੈਂਸ ਨੂੰ ਬਾਲਾਜੀ ਟੈਲੀਫਿਲਮ ਕਾਸਟਿੰਗ ਟੀਮ ਨੇ ਨੋਟਿਸ ਕੀਤਾ ਅਤੇ ਉਹਨਾਂ ਨੂੰ ਕਿਸ ਦੇਸ਼ ਵਿੱਚ ਮੇਰਾ ਦਿਲ ਨਾਮ ਦੇ ਸੀਰੀਅਲ ਵਿੱਚ ਪ੍ਰੀਤ ਜੁਨੇਜਾ ਦਾ ਕਿਰਦਾਰ ਦਿੱਤਾ ਅਤੇ ਦੋਸਤੋ, ਉਹਨਾਂ ਨੂੰ ਟੈਲੀਵਿਜ਼ਨ ਵਿੱਚੋਂ ਸਫਲਤਾ ਮਿਲੀ ਇੱਕ ਪਵਿੱਤਰ ਰਿਸ਼ਤਾ ਨਾਂ ਦੇ ਸ਼ੋਅ 'ਚੋਂ। ਉਹਨਾਂ ਨੇ ਮਾਨਵ ਦੇਸ਼ਮੁਖ ਦਾ ਕਿਰਦਾਰ ਨਿਭਾ ਕੇ ਲੋਕਾਂ ਵਿੱਚ ਬਹੁਤ ਨਾਮ ਕਮਾਇਆ ਅਤੇ ਇਸ ਤੋਂ ਬਾਅਦ ਉਹ ਝਲਕ ਦਿਖਲਾ ਜਾ ਅਤੇ ਨੱਚ ਬਲੀਏ 2 ਵਿੱਚ ਵੀ ਦਿਖਾਈ ਦਿੱਤੇ ਸਨ। ਅਤੇ ਹੁਣ ਵਾਰੀ ਹੈ ਸੁਸ਼ਾਂਤ ਦੇ ਫਿਲਮੀ ਕੈਰੀਅਰ ਬਾਰੇ। 2013 ਵਿੱਚ ਆਈ ਮੂਵੀ ਕਾਏ ਪੋਚੇ ਤੋਂ ਉਹਨਾਂ ਨੇ ਆਪਣਾ ਡੈਬਿਊ ਕਰ ਲਿਆ ਸੀ ਅਤੇ ਨਾਲ ਹੀ ਉਹਨਾਂ ਨੇ ਸ਼ੁੱਧ ਦੇਸੀ ਰੋਮਾਂਸ, PK, MS ਧੋਨੀ ਦਾ ਅਨਟੋਲਡ ਸਟੋਰੀ, ਰਾਬਤਾ, ਕੇਦਾਰਨਾਥ, ਸੋਨ ਚਿਰਈਆ, ਛਿਛੋਰੇ ਵਰਗੀ ਮੂਵੀਆਂ ਨਾਲ ਆਪਣੀ ਐਕਟਿੰਗ ਦਾ ਜਲਵਾ ਦਿਖਾ ਚੁੱਕੇ ਹਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਦਾ ਸਾਥ ਸਾਡੇ ਨਾਲ ਇੱਥੇ ਤੱਕ ਦਾ ਹੀ ਸੀ ਅਤੇ ਉਹ ਹੁਣ ਸਾਨੂੰ ਅਲਵਿਦਾ ਕਹਿ ਚੁੱਕੇ ਹਨ। ਉਹਨਾਂ ਦੀ ਸੁਸਾਈਡ ਕਰਨ ਦੀ ਅਸਲ ਵਜ੍ਹਾ ਕੀ ਸੀ ਇਹ ਗੱਲ ਤੁਹਾਡੇ ਤੱਕ ਬਹੁਤ ਜਲਦ ਪਹੁੰਚ ਜਾਏਗੀ, ਪਰ ਅਸੀਂ ਐਂ ਜ਼ਰੂਰ ਕਹਿ ਸਕਦੇ ਹਾਂ ਕਿ ਅਸੀਂ ਇੱਕ ਹੋਰ ਬਹੁਤ ਬੜੇ ਅਭਿਨੇਤਾ ਨੂੰ ਖੋ ਚੁੱਕੇ ਹਾਂ।